हाँ जी, ये जड़ी ठंड पैन दी, ठंड नू वेखदे होए दरबार साहब दे की बंदोबस्त किया गया जी? सतखंड श्री हरिमंदर साहब दे श्रोमणी गुरद्वारा प्रबंधक कमेटी ने बहुत वड्डे प्रबंध ठंड वास्ते किए आ, और जिस तरह गर्मियों वास्ते एसी वगैरह लगाए होंगे सरावां विच संगत दे रहण वास्ते, इस तरह हीटर गर्म पानी और जिस संगत आउंदी हाथ धोंदी आ इत्थे आण के इत्थे गर्म पानी का प्रबंध किया, इस तरह टाट थले जिहड़े आ ਉਹ ਵਿਛਾਇਆ ਗਿਆ, ਔਰ ਹਰੇਕ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ। ਗਰਮ ਲੰਗਰਾਂ ਦਾ, ਚਾਹਵਾਂ ਦਾ, ਖੀਰਾਂ ਦਾ, ਪ੍ਰਸ਼ਾਦ ਦਾ, ਔਰ ਸਾਰਾ ਪ੍ਰਬੰਧ ਜਿਹੜਾ ਉਹ 24 ਘੰਟੇ ਗੁਰੂ ਦਾ ਲੰਗਰ ਜਿਹੜਾ ਹੈ ਉਹ ਇੱਥੇ ਚੱਲਦਾ ਰਹਿੰਦਾ ਹੈ। ਔਰ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਜਿਹੜੇ ਆ ਉਹਨਾਂ ਦੀ ਆਮਦ 'ਤੇ ਕੋਈ ਫਰਕ ਨਹੀਂ ਪੈਂਦਾ, ਲੱਖਾਂ ਦੀ ਗਿਣਤੀ ਸ਼ਰਧਾਲੂ ਇੱਥੇ ਪਹੁੰਚਦੇ ਆ ਔਰ ਦਰਸ਼ਨ ਕਰਕੇ ਜਿੱਥੇ ਉਹਨਾਂ ਦੇ ਰੂਹ ਦੀ ਤ੍ਰਿਪਤੀ ਇੱਥੇ ਹੁੰਦੀ ਹੈ ਉੱਥੇ ਲੰਗਰ ਛੱਕ ਕੇ ਜਿਹੜਾ ਹੈ ਉਹ ਤਨ ਦੀ ਤ੍ਰਿਪਤੀ ਹੁੰਦੀ ਹੈ, ਔਰ ਦਰਸ਼ਨ ਕਰਕੇ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬਧੋ ਪੁਰਖ ਵਧਾ ਤਿਆ ਤਾਂ ਤੂੰ ਸੋਹਿਆ, ਔਰ ਇੱਥੇ ਆਣ ਕੇ ਮਨ ਨੂੰ ਸਕੂਨ ਮਿਲਦਾ, ਇੱਥੇ ਆਣ ਕੇ ਮਨ ਨੂੰ ਠਰਾ ਮਿਲਦਾ, ਮਨ ਨੂੰ ਸ਼ਾਂਤੀ ਮਿਲਦੀ ਹੈ, ਚੈਨ ਮਿਲਦੀ ਹੈ, ਔਰ ਦੁਨੀਆਂ ਭਰ ਦੇ ਸਿੱਖ, ਦੁਨੀਆਂ ਭਰ ਦੇ ਲੋਕ, ਕਿਉਂਕਿ ਇਹ ਸਭੇ ਸਾਂਝੀ ਵਾਸ ਦਾਇਨ ਉਹ ਇਹਨਾਂ ਦੇ ਸਹਿਬਾਰਾ ਜੀ, ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸੰਸਾਰ ਦੇ ਸਾਰੇ ਲੋਕਾਂ ਨੂੰ ਜੇ ਕੋਈ ਅਗਵਾਈ ਕਿਤੋਂ ਮਿਲਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਉਹ ਇੱਥੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚੋਂ ਮਿਲਦੀ ਆ। ਔਰ ਮੈਂ ਹੀ ਜਿੰਨੀ ਵੀ ਸੰਗਤ ਆਉਂਦੀ ਆ ਉਹਨਾਂ ਨੂੰ ਜੀ ਆਇਆਂ ਆਖਦੇ, ਅਸੀਂ ਉਹਨਾਂ ਦੇ ਸੇਵਾਦਾਰ ਹਾਂ, 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਹਾਂਜੀ, ਕੀ ਨਾਂ ਜੀ? ਮੇਰਾ ਸਤਪਾਲ ਸਿੰਘ ਆ ਜੀ। ਸਤਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ ਠੰਡ ਵਿੱਚ ਤੁਸੀਂ? ਠੰਡ ਵਿੱਚ ਦੇਖੋ ਜੀ, ਗੁਰੂਮਾ ਦੀ ਕਿਰਪਾ ਹੈ, ਇੱਥੇ ਬਹੁਤ ਠੰਡ ਦਾ ਬਹੁਤ ਆ। ਦੇਖੋ ਜਿੱਦਾਂ ਕਮੇਟੀ ਵੱਲੋਂ ਮੈਟ ਵਿਛਾਏ ਗਏ ਆ, ਸਾਨੂੰ ਇਨਸਾਨੀ ਦਾ ਸਹਾਰਾ ਬਹੁਤ ਹੋਇਆ, ਠੀਕ ਆ ਜੀ। ਬਾਕੀ ਦਰਸ਼ਨ ਕਰਕੇ ਠੰਡ ਤਾਂ ਲੱਗਦੀ ਨਹੀਂ ਹੈਗੀ, ਇਸ ਕਰਕੇ ਬਹੁਤ ਵਧੀਆ ਆ ਜੋ ਉਪਰਾਲਾ ਕੀਤਾ ਕਮੇਟੀ ਮੈਂਬਰ ਨੇ, ਤੋ ਬਾਬਾ ਜੀ ਦੀ ਕਿਰਪਾ ਆ, ਇੱਦਾਂ ਬਣੀ ਰਹੂਗੀ ਸਾਰੇ ਪਾਸੇ। ਅਤੇ ਬਾਕੀ ਤੁਹਾਨੂੰ ਪਤਾ ਹੀ ਆ, ਜੋ ਲੋਕਡਾਊਨ ਚੱਲ ਰਿਹਾ ਆ ਫਿਰ ਵੀ ਦਰਸ਼ਨ ਬਹੁਤ ਵਧੀਆ ਹੋ ਰਹੇ ਆ। ਹਾਂਜੀ, ਕੀ ਨਾਂ ਜੀ ਤੁਹਾਡਾ ਜੀ? ਦਾਸ ਰਾਣਾ ਰਣਵੀਰ ਸਿੰਘ ਲੋਪੋਕੇ, ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ। ਅੱਜ ਗੁਰੂ ਸਾਹਿਬ ਦੇ ਦਰਸ਼ਨ ਮੇਲੇ ਵਾਸਤੇ ਆਏ ਸੀ, ਪਰ ਜਦੋਂ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਆਈਦਾ, ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਵਿੱਚ ਜਦੋਂ ਨਤਮਸਤਕ ਹੋਈਦਾ, ਭਾਵੇਂ ਕਿੰਨੀ ਵੀ ਠੰਡ ਪੈ ਰਹੀ ਹੈ, ਇੱਥੇ ਇੱਕ ਰੂਹਾਨੀਅਤ ਦਾ ਇੱਕ ਸਮੁੰਦਰ ਆ, ਇੱਥੇ ਗਰਮੈਸ਼ ਅਤੇ ਗਰਮੀ ਆਪੇ ਲੱਗਦੀ ਹੈ, ਭਾਵੇਂ ਕਿ ਬਹੁਤ ਠੰਡ ਆ, ਅਤੇ ਪਰ ਸੰਗਤਾਂ ਦੇ ਵਿੱਚ ਉਸੇ ਤਰ੍ਹਾਂ ਜੋਸ਼ ਅਤੇ ਗੁਰੂ ਸਾਹਿਬ ਨੂੰ ਸਜਦਾ ਕਰਨ ਆਉਂਦੇ ਨੇ। ਮੈਂ ਸ਼੍ਰੋਮਣੀ ਕਮੇਟੀ ਨੂੰ ਵਧਾਈ ਦਿੰਦਾ, ਇੱਕ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ, ਥੱਲੇ ਟਾਟ ਵਿਛਾਏ ਨੇ ਤਾਂ ਜੋ ਕਿ ਬੱਚੇ ਜਾਂ ਬਜ਼ੁਰਗ ਨੇ ਜੋ ਆਉਂਦੇ ਉਹਨਾਂ ਨੂੰ ਕੋਈ ਠੰਡ ਮਹਿਸੂਸ ਨਾ ਹੋਵੇ। ਪਰ ਗੁਰੂ ਸਾਹਿਬ ਆਪ ਹੀ ਜਦੋਂ ਇੱਥੇ ਆਉਂਦੇ ਨੇ, ਸੰਗਤਾਂ ਆਉਂਦੀਆਂ ਨੇ, ਆਪਣੇ ਆਪ ਗਰਮੀ ਆ ਜਾਂਦੀ ਹੈ। ਮੈਂ ਧੰਨਵਾਦੀ ਹਾਂ, ਔਰ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਦੇ ਵਿੱਚ ਜਾ ਕੇ ਸੜਕਾਂ 'ਤੇ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਜਿੰਨੇ ਕਿਸਾਨ ਵੀਰ ਉੱਥੇ ਗਏ ਨੇ, ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸਾਡੇ ਕਾਲੇ ਬਿੱਲ ਵਾਪਸ ਜਲਦੀ ਹੋਣ, ਅਤੇ ਉਹ ਘਰਾਂ 'ਚ ਆ ਕੇ ਕਿਸਾਨ ਆਪਣੇ ਘਰਾਂ ਦੇ ਵਿੱਚ ਫਿਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੁਸ਼ਹਾਲ ਹੋਵੇ ਸਾਡਾ ਪੰਜਾਬ। ਇਹੀ ਬੇਨਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਂ ਜੀ ਤੁਹਾਡਾ ਜੀ? ਮੇਰਾ ਨਾਂ ਸਤਪਾਲ ਸਿੰਘ। ਹਾਂਜੀ, ਕੀ ਕਹਿਣਾ ਚਾਹੋਗੇ? ਇੰਨੀ ਠੰਡ ਪੈਣ ਰਹੀ ਹੈ ਆਪਣੇ ਸਾਰਾ ਦਰਬਾਰ ਸਾਹਿਬ ਬਾਬਾ ਜੀ? ਠੰਡ ਤਾਂ ਬਹੁਤ ਜ਼ਿਆਦਾ ਹੋ ਗਈ ਹੈ, ਵੈਸੇ ਉਹਦਾ ਮਹੀਨਾ ਚੜ ਗਿਆ ਵਾ, ਅਤੇ ਪਰ ਇਹ ਵਾ ਕਿ ਜਦ ਗੁਰੂ ਘਰ ਰਹੀਏ ਤਾਂ ਬੜਾ ਨਿੱਘ ਮਿਲਦਾ ਹੈ ਅਤੇ ਬੜਾ ਆਨੰਦ ਆਉਂਦਾ ਹੈ, ਅਤੇ ਠੰਡ ਨੂੰ ਭੁੱਲ ਵੀ ਜਾਈਦਾ ਹੈ। ਜਿਨ ਤੱਕ ਗੁਰੂ ਘਰ ਰਹੀਦਾ ਤਾਂ ਠੰਡ ਲੱਗਦੀ ਨਹੀਂ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਬੜੇ ਅੱਛੇ ਉਪਰਾਲੇ ਨੇ, ਵੀ ਮੈਟ ਵਿਛੇ ਨੇ, ਗਲੀਚੇ ਵਿਛੇ ਨੇ, ਗਰਮ ਠੰਡਾ ਗਰਮ ਪਾਣੀ ਆ, ਠੰਡੇ ਨੂੰ ਵੀ ਗਰਮ ਕੀਤਾ ਗਿਆ, ਸਭ ਕੁਛ ਮਤਲਬ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਵੇਖ ਕੇ ਮਨ ਬੜਾ ਖਿੜ ਜਾਂਦਾ, ਅਤੇ ਠੰਡ ਤਾਂ ਲੱਗਦੀ ਨਹੀਂ, ਸਿਰਫ ਠੰਡ ਬਾਹਰੀ ਹੈ। ਗੁਰੂ ਘਰ ਦੇ ਆ ਨਿੱਘ ਮਿਲਦਾ ਗੁਰੂ ਘਰ ਦੇ ਚਰਨਾਂ ਨਾਲ ਮਿਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੈਬ ਕਰ ਲਓ।